ਅੱਜ ਅੰਮ੍ਰਿਤਸਰ 'ਚ ਵੱਖ ਵੱਖ ਆਟੋ ਯੂਨੀਅਨ ਅਤੇ ਸਮਾਜ ਸੇਵਕ ਸੰਸਥਾਵਾਂ ਵੱਲੋਂ ਆਟੋ ਵਾਲਿਆਂ ਦੇ ਚਲਾਨ ਕੱਟਣ ਅਤੇ 15 ਸਾਲ ਪੁਰਾਣੇ ਆਟੋ ਬੰਦ ਕੀਤੇ ਹੋਏ ਛਡਾਉਣ ਲਈ ਅੰਮ੍ਰਿਤਸਰ ਭੰਡਾਰੀ ਪੁਲ ਉੱਪਰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨਗਰ ਨਿਗਮ ਕਮਿਸ਼ਨਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਧਰਨਾ ਲਗਾਇਆ ਗਿਆ। ਖਬਰ ਅੱਜ ਤੱਕ ਤੋਂ ਅਮਿਤ ਕੁਮਾਰ ਦੀ ਖਾਸ ਰਿਪੋਰਟ। ਮੀਟਿੰਗ ਹੋਈ ਹੈ ਜੀ, ਇਹ ਕਹਿ ਰਹੇ ਆ ਕਿ 2 ਦਿਨਾਂ ਦੇ ਬਾਅਦ ਜਿਹੜੀਆਂ ਗੱਡੀਆਂ ਛੱਡ ਦਿੱਤੀਆਂ ਜਾਣਗੀਆਂ, ਪਰ ਇਹਨਾਂ ਵਿੱਚ ਰੋਸ਼ ਇਸ ਕਰਕੇ ਆ ਕਿ ਪਹਿਲਾਂ ਵੀ ਵਾਅਦਾ ਕੀਤਾ ਗਿਆ ਕਿ ਜਦੋਂ ਗੱਡੀਆਂ ਬਾਉਂਡ ਕਰਦੇ ਪਏ ਸੀ ਉਦੋਂ ਵਾਅਦਾ ਕੀਤਾ ਗਿਆ ਕਿ ਸਵੇਰੇ ਗੱਡੀਆਂ ਛੱਡ ਦਿੱਤੀਆਂ ਜਾਣਗੀਆਂ, ਪਰ ਹੁਣ ਫਿਰ ਉਹੀ ਵਾਅਦਾ ਆਟੋ ਵਾਲਿਆਂ ਅੱਗੇ ਰੱਖਿਆ ਗਿਆ, ਪਰ ਆਟੋ ਵਾਲਿਆਂ ਨੂੰ ਮਨਜ਼ੂਰ ਨਹੀਂ ਆ। ਮੰਗਾਂ ਇਹ ਹੈ ਕਿ ਜਿਹੜੇ ਆਟੋ ਅੰਪਾਉਂਡ ਕੀਤੇ ਆ ਉਹਨਾਂ ਨੂੰ ਛੱਡਿਆ ਜਾਵੇ ਬਿਨਾਂ ਕਿਸੇ ਜੁਰਮਾਨੇ ਤੋਂ। ਭਾਜੀ 200-200 300-300 ਰੁਪਇਆ ਤਾਂ ਕਮਾਉਣ ਵਾਲੇ ਜੀ ਆ ਤੇ ਨਹੀਂ ਜੁਰਮਾਨਾ ਭਰ ਸਕਦੇ, ਇੰਨਾ ਫੰਡ ਆਉਂਦਾ ਵਾ ਉਹਦੇ ਵਿੱਚੋਂ ਇਹਨਾਂ ਦਾ ਵੀ ਜਿਹੜਾ ਚਲਾਨ ਜਿਹੜਾ ਵੀ ਜੁਰਮਾਨਾ ਹੋਵੇ ਉਹਦੇ ਵਿੱਚੋਂ ਭਰ ਦਿੱਤਾ ਜਾਵੇ, ਨਹੀਂ ਤੇ ਜੋ ਆਟੋ ਵਾਲਿਆਂ ਜੋ ਸਹਿਮਤੀ ਹੋਏਗੀ ਉਹ ਅਸੀਂ ਤਾਂ ਸਾਨੂੰ ਵੀ ਰਜਾਮੰਦ ਹੋਵਾਂਗੇ। ਆਪਾਂ ਧਰਨਾ ਬਣਾ, ਵੇਖੋ ਟੈਂਟ ਲੱਗ ਗਿਆ ਆ ਤੇ ਮੈਂ ਤੇ ਮਾਨ ਸਰਕਾਰ ਨੂੰ ਵੀ ਇਹੀ ਬੇਨਤੀ ਕਰਾਂਗਾ ਕਿ ਇਹਨਾਂ ਦੀ ਸੁਣੋ, ਗਰੀਬ ਵਰਗ ਆ, ਇਹਨਾਂ ਨੇ ਵੀ ਤੁਹਾਨੂੰ ਵੋਟਾਂ ਪਾਈਆਂ, ਤੁਹਾਨੂੰ ਆਪਾਂ ਨਸ਼ਾ ਖਤਮ ਕਰਨ ਲਈ ਕਿਹਾ ਸੀ, ਤੁਸੀਂ ਤੇ ਆਟੋ ਵਾਲੇ ਖਤਮ ਕਰਨ ਦੇ ਕਰਦੇ। ਜਿਹੜੀ ਜਿਹੜੀ ਦਾਰੂ ਤੁਸੀਂ ਪੀਤੀ ਆ ਉਹਨੂੰ ਨਿੰਬੂ ਪਾਣੀ ਪੀਓ ਤੇ ਉਹ ਦਾਰੂ ਲਾਓ। ਆਟੋ ਵਾਲੇ ਆ ਕੋਈ ਧਨਾੜ ਨਹੀਂ ਆ, 2-4-500 ਨਾਲ ਹੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਆ। ਬੇਨਤੀ ਆ, ਹੱਥ ਜੋੜ ਕੇ ਬੇਨਤੀ ਆ। ਭੀਮਾ ਜੀ, ਫਾਊਂਡਰ ਭੀਮ ਐਕਸ਼ਨ ਕਮੇਟੀ, 15 ਸਾਲ ਪੁਰਾਣੇ ਆਟੋਆਂ ਨੂੰ ਰੱਦ ਕੀਤਾ ਜਾ ਰਿਹਾ ਵਾ, ਰੋਡ ਤੋਂ ਆਫ ਕੀਤਾ ਜਾ ਰਿਹਾ ਔਰ ਨਵੇਂ ਆਟੋ ਜਿਹੜੇ ਆ ਰਾਹੀ ਸਕੀਮ ਪ੍ਰੋਜੈਕਟ ਲਿਆਂਦਾ ਗਿਆ ਔਰ ਪਰ ਇਹ ਚਾਰਜਿੰਗ ਤੋਂ ਬੈਟਰੀ ਤੋਂ ਚੱਲਦੇ ਨੇ। ਪਿਛਲੇ ਕਈ ਸਾਲਾਂ ਤੋਂ ਇੱਕ ਵੀ ਚਾਰਜਿੰਗ ਸਟੇਸ਼ਨ ਕਾਰਪੋਰੇਸ਼ਨ ਜਿਹੜੀ ਆ ਸਰਕਾਰ, ਪੰਜਾਬ ਸਰਕਾਰ ਸੈਟਅਪ ਨਹੀਂ ਕਰ ਪਾਈ ਔਰ ਬਕਾਇਦਾ ਇੱਕ 16-16-15-15 ਯੂਨਿਟ ਖਾਂਦੇ ਆ, 600 ਯੂਨਿਟ ਗਰੀਬਾਂ ਨੂੰ ਵੈਸੇ ਫ੍ਰੀ ਹੈਗੇ, ਸਭ ਨੂੰ ਫ੍ਰੀ ਹੈਗੇ, ਉਹਦੇ ਉੱਪਰ ਇਹਨਾਂ ਦੇ 20-20 ਹਜ਼ਾਰ 15-15 ਹਜ਼ਾਰ ਬਿੱਲ ਆ ਰਹੇ ਆ। ਪਿਛਲੀ ਮੀਟਿੰਗ 'ਚ ਇਹ ਕਿਹਾ ਗਿਆ ਸੀ ਜੀ ਕਿ ਬੁੱਧਵਾਰ ਨੂੰ ਮੀਟਿੰਗ ਹੋਊਗੀ ਔਰ ਇਹ ਜਿਹੜੇ ਆਪਾਂ ਉਨੀ ਦੇਰ ਤੱਕ ਕੋਈ ਇਨਫੋਰਸਮੈਂਟ ਆਪਣਾ ਕੰਮ ਨਹੀਂ ਕਰੇਗੀ, ਆਟੋਆਂ ਨੂੰ ਬੋਂਡ ਨਹੀਂ ਕਰੇਗੀ, ਪਰ ਫਿਰ ਵੀ ਪਿਛਲੇ 2 ਦਿਨ ਤੋਂ ਲਗਾਤਾਰ ਆਟੋ ਬੋਂਡ ਕੀਤੇ ਗਏ। ਪ੍ਰਸ਼ਾਸਨ ਨੂੰ ਵਾਰ ਵਾਰ ਕਿਹਾ ਗਿਆ ਕਿ ਰਾਹੀ ਪ੍ਰੋਜੈਕਟ ਜਿਹੜਾ ਵਾ ਕੋਈ ਵੀ ਪਸੰਦ ਨਹੀਂ ਕਰਦਾ, ਸਿਰਫ 250 ਜਿਹੜੇ ਆਟੋ ਨੇ ਹਾਲੇ ਤੱਕ ਕਨਵਰਟ ਹੋਏ ਆ ਔਰ ਸੈਂਕੜਾ ਹਜ਼ਾਰਾਂ ਨੇ ਕਿਹਾ ਵਾ ਕਿ ਰਾਹੀ ਪ੍ਰੋਜੈਕਟ ਰੱਦ ਕੀਤਾ ਜਾਵੇ, ਪਰ ਸਰਕਾਰ ਦੀ ਇਹ 'ਚ ਮਨਸ਼ਾ ਕੀ ਹੈ ਸਮਝ ਨਹੀਂ ਲੱਗਦਾ। ਤੁਹਾਡੀ ਜੁਆਇੰਟ ਕਮਿਸ਼ਨਰ ਦਾ ਕਾਰਪੋਰੇਸ਼ਨ ਦੇ ਨਾਲ ਮੀਟਿੰਗ ਹੋਈ, ਉਸ ਵੱਲੋਂ ਤੁਹਾਨੂੰ ਕੋਈ ਸਵਾਸ਼ਨ ਦਿੱਤਾ ਗਿਆ ਸੀ, ਕੋਈ ਟਾਈਮ ਵੀ ਦਿੱਤਾ ਗਿਆ ਸੀ ਤੇ ਫਿਰ ਵੀ ਤੁਸੀਂ ਜਿਹੜਾ ਵਾ ਐਜੂਕੇਸ਼ਨ ਕਿਉਂ ਕਰ ਰਹੇ ਹੋ? ਕਿਉਂਕਿ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕ ਰਹੀ, ਸਰਕਾਰ ਕਿਸੇ ਨਾ ਕਿਸੇ ਫਾਊਲ ਪਲੇ 'ਚ ਹੈਗੀ ਆ। ਆਪਾਂ ਨੂੰ ਇਹ ਕਿਹਾ ਗਿਆ ਸੀ ਕਿ 3 ਦਿਨ ਕਿਸੇ ਵੀ ਤਰੀਕੇ ਦੀ ਕੋਈ ਇਨਫੋਰਸਮੈਂਟ ਜਾਂ ਗੱਡੀਆਂ ਬੋਂਡ ਨਹੀਂ ਕੀਤੀਆਂ ਜਾਣਗੀਆਂ, ਗੱਡੀਆਂ ਫਿਰ ਵੀ ਬੋਂਡ ਕੀਤੀਆਂ ਗਈਆਂ। ਕਿਤੇ ਨਾ ਕਿਤੇ ਸਰਕਾਰ ਨੇ ਪ੍ਰੋਵੋਕ ਕੀਤਾ, ਜੁਆਇੰਟ ਕਮਿਸ਼ਨ ਨੂੰ ਵਾਰ ਵਾਰ ਬੇਨਤੀ ਕੀਤੀ ਗਈ ਸੀ ਸ਼ਹਿਰ ਦਾ ਮਾਹੌਲ ਬਟ ਸਹੀ ਬਣਾਉਣਾ ਤੁਹਾਡੇ ਹੱਥ 'ਚ ਹੈਗਾ, ਕਿਉਂ ਹੋਏਗਾ, ਪਰ ਐਂਡ ਤੇ ਫਿਰ ਸਾਨੂੰ ਮਜਬੂਰ ਕੀਤਾ ਗਿਆ ਸੜਕ ਤੇ ਆਉਣ ਲਈ। ਨਾਲ ਆਪਾਂ ਆਪਣੇ 92 MLA ਨੂੰ ਵੀ ਪੁੱਛਦੇ ਹਾਂ, ਆਟੋ ਵਾਲਿਆਂ ਨੇ ਮਜ਼ਦੂਰਾਂ ਨੇ ਸਭ ਤੋਂ ਜ਼ਿਆਦਾ ਵੋਟ ਇਹਨਾਂ ਨੂੰ ਪਾਇਆ, ਪਰ ਅੱਜ ਇਹ ਆਪਣੇ ਆਪ ਨੂੰ ਲੁੱਟਿਆ ਪੁੱਟਿਆ ਮਹਿਸੂਸ ਕਰ ਰਹੇ ਨੇ। ਅਰਵਿੰਦ ਕੇਜਰੀਵਾਲ ਆਟੋਆਂ ਦਾ ਮਸੀਹਾ ਬਣਨ ਨੂੰ ਫਿਰਦਾ ਦਿੱਲੀ ਦੇ ਵਿੱਚ, ਪਰ ਉਹਦੀ ਇੱਥੋਂ ਦੀ ਸਰਕਾਰ ਜਿਹੜੀ ਆ ਆਟੋ ਵਾਲਿਆਂ ਦੇ ਹੱਕਾਂ 'ਤੇ ਡਾਕਾ ਮਾਰ ਰਹੀ ਹੈ। ਦੇਖੋ, ਪੁਲਿਸ ਦੇ ਲਾਅ ਐਂਡ ਆਰਡਰ ਦੇ ਅਫਸਰ ਆਏ ਨੇ, ਪੁਲਿਸ ਦੇ ਨਾਲ ਸਾਡਾ ਕੋਈ ਸਿੱਧਾ ਕਨਫਲਿਕਟ ਨਹੀਂ ਹੈਗਾ। ਜੋ ਹੈਗਾ ਆਪਾਂ ਨੂੰ ਨਗਰ ਨਿਗਮ ਕਮਿਸ਼ਨਰ ਅਤੇ ਪੰਜਾਬ ਸਰਕਾਰ ਤੋਂ ਡਿਮਾਂਡ ਹੈਗੀ ਹੈ, ਆਪਾਂ ਵੀ ਨਹੀਂ ਚਾਹੁੰਦੇ ਕਿ ਕਿਸੇ ਤਰੀਕੇ ਪਬਲਿਕ ਜਿਹੜੀ ਆ ਉਹ ਹਰਾਸ ਹੋਵੇ, ਮਜਬੂਰੀ ਹੈ, ਸ਼ੌਂਕ ਨਹੀਂ ਹੈਗੇ ਧਰਨੇ, ਪਰ ਐਂਡ 'ਤੇ ਅੱਜ ਸੜਕ 'ਤੇ ਆਉਣਾ ਪਿਆ। ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਕਹਿ ਰਿਹਾ ਕਿ ਆਪਾਂ ਮੈਨੇਜਮੈਂਟ ਦੇ ਨਾਲ ਗੱਲ ਕਰ ਰਹੇ ਹਾਂ, ਨਗਰ ਨਿਗਮ ਕਮਿਸ਼ਨਰ ਨਾਲ ਗੱਲ ਕਰ ਰਹੇ ਹਾਂ, ਆਰਟੀਓ ਨਾਲ ਗੱਲ ਕਰ ਰਹੇ ਹਾਂ ਤਾਂ ਕਿ ਗੱਡੀਆਂ ਜਿਹੜੀਆਂ ਰਿਲੀਜ਼ ਕੀਤੀਆਂ ਜਾਣ। ਗੱਡੀਆਂ ਰਿਲੀਜ਼ ਪਹਿਲ ਦੇ ਆਧਾਰ 'ਤੇ ਕਰਤੀਆਂ ਜਾਈਆਂ, ਪਰ ਆਪਾਂ ਸਾਈਡ 'ਤੇ ਹੋ ਜਾਵਾਂਗੇ, ਪਰ ਫਿਰ ਵਾਰ ਵਾਰ ਬੇਨਤੀ ਕਰਾਂਗਾ ਅੰਮ੍ਰਿਤਸਰ ਦੇ ਵਾਸੀਆਂ ਨੂੰ ਸਮਝਣਾ ਪਏਗਾ, ਰਾਹੀ ਪ੍ਰੋਜੈਕਟ ਇਹਨਾਂ ਨੇ ਅਸੈਪਟ ਕੀਤਾ, ਗੱਡੀਆਂ ਕਨਵਰਟ ਵੀ ਹੋਈਆਂ, ਪਰ ਇੱਕ ਵੀ ਈ ਚਾਰਜਿੰਗ ਸਟੇਸ਼ਨ ਕਾਰਪੋਰੇਸ਼ਨ ਲਗਵਾ ਨਹੀਂ ਸਕੀ, ਪੰਜਾਬ ਸਰਕਾਰ ਲਗਵਾ ਨਹੀਂ ਸਕੀ, ਇੱਕ ਵੀ ਚਾਰਜਿੰਗ ਸਟੇਸ਼ਨ ਨਹੀਂ ਹੈਗਾ ਔਰ ਸਕ੍ਰੈਪ ਪਾਲਿਸੀ 'ਚ ਸਿਰਫ 15 ਹਜ਼ਾਰ ਰੁਪਇਆ ਦਿੱਤਾ ਜਾ ਰਿਹਾ ਔਰ ਬਕਾਇਦਾ ਇਹਨਾਂ ਦੇ ਬਿਜਲੀ ਦੇ ਬਿੱਲ ਹਜ਼ਾਰਾਂ 'ਚ ਆ ਰਹੇ ਆ, ਕਿਉਂਕਿ ਘਰ 'ਚ ਇਹਨਾਂ ਨੂੰ ਬੈਟਰੀ ਚਾਰਜ ਕਰਨੀ ਪੈ ਰਹੀ ਸੀ, ਇਹਨਾਂ ਨੂੰ ਵਾਅਦਾ ਕੀਤਾ ਗਿਆ ਸੀ ਜਗ੍ਹਾ ਜਗ੍ਹਾ ਬੈਟਰੀ ਚਾਰਜਿੰਗ ਸਟੇਸ਼ਨ ਲੱਗਣਗੇ। ਸਰਕਾਰ ਪੂਰੀ ਤਰ੍ਹਾਂ ਇੱਥੇ ਰਾਹੀ ਪ੍ਰੋਜੈਕਟ ਫਲੋਪ ਹੈ ਔਰ ਆਟੋ ਵਾਲਿਆਂ ਦਾ ਇੱਕੋ ਕਹਿਣਾ ਹੈ ਕਿ ਗੋ ਬੈਕ ਰਾਹੀ ਪ੍ਰੋਜੈਕਟ। ਅੱਜ ਜਿਵੇਂ ਤੁਸੀਂ ਐਜੂਕੇਸ਼ਨ ਕਰ ਰਹੇ ਜੇ ਕੋਈ ਸਿੱਟਾ ਨਹੀਂ ਨਿਕਲਦਾ ਤਾਂ ਫਿਰ ਤੁਹਾਡਾ ਅਗਲਾ ਸਟੈਪ ਕੀ ਹੋਏਗਾ? ਭੁੱਖ ਹੜਤਾਲ ਦੀ ਵੀ ਤਿਆਰੀ ਹੈ ਜੀ, ਲੰਬੇ ਟਾਈਮ ਲਈ ਭੁੱਖ ਹੜਤਾਲ ਦੀ ਤਿਆਰੀ ਹੈ, ਭੰਡਾਰੀ ਪੁਲ ਦੀ ਸਾਈਡ 'ਤੇ ਭੁੱਖ ਹੜਤਾਲ ਕੀਤੀ ਜਾਏਗੀ ਔਰ 20-25 ਜਾਣਿਆਂ ਦੀ ਟੀਮ ਰੋਜ਼ ਬੈਠੇਗੀ ਔਰ ਪੰਜਾਬ ਸਰਕਾਰ ਦਾ ਪਿੱਟ ਤੇ ਆਪਾਂ ਕਰੇਗੀ। ਭਗਵੰਤ ਮਾਨ ਤੋਂ ਆਪਾਂ ਲੁੱਟੇ ਪੁੱਟੇ ਮਹਿਸੂਸ ਕਰ ਰਹੇ ਹਾਂ ਔਰ ਕਾਰਪੋਰੇਸ਼ਨ ਦੇ ਇਲੈਕਸ਼ਨਾਂ 'ਚ ਵੀ ਆਟੋ ਵਾਲਿਆਂ ਨੇ ਇੱਕੋ ਗੱਲ ਕਹੀ ਹੈ, 85 ਤੇ 85 ਵਾਰਡਾਂ ਦੇ ਵਿੱਚ ਝਾੜੂ ਨੂੰ ਵੋਟ ਨਹੀਂ ਪਾਇਆ ਜਾਏਗਾ ਔਰ ਇਹਨਾਂ ਨੂੰ ਹਰਾਇਆ ਜਾਏਗਾ। ਸਿਮਰਨਜੀਤ ਕੌਰ ਹੈ, ਮੈਂ ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚੇ ਤੋਂ ਮਹਿਲਾ ਵਿੰਗ ਪੰਜਾਬ ਪ੍ਰਧਾਨ ਹਾਂ।
मैं राही स्कीम नूं कहना चाहुंदी हां कि गरीबां दे नाल धक्का नहीं जरांगे असीं, जो कि भगवंत मान नूं चेतावनी भी दिंदे हां कि इन्हां दे उत्तों ही सरकारां बणियां, ते अगर इही चाहन ते नीचे कर सकदी। एक कारपोरेशन दे कमिश्नर दे नाल साडी मीटिंग हुई, कहिंदे कि अमृतसर नूं स्मार्ट बनाना, समार तुहाडे कोल चिट्टा विकना तां हले तक नहीं आम आदमी पार्टी को हटिया, धियां दियां इह दिनां इज्जतां लुटियां जांदियां, ते किहड़ा अमृतसर स्मार्ट बनाउणा चाहुंदे हो तुसीं? इह आम आदमी पार्टी नूं चेतावनी आ कि असीं जुता सकदे हां, ते तुहानूं जुत्तियां दा हर पवा भी सकदे हां। बाबा साहब ने राइट दिता बस आपां नूं रोडां दे उत्ते संघर्ष करना, और असीं कहिंदे हां कि सानूं ना ही जगाया जाए ते वधिया, नहीं तां असीं इट दा जवाब असीं भगवंत मान नूं पत्थर दे नाल देवांगे।